ਹਾਂਜੀ ਸਤਿ ਸ਼੍ਰੀ ਅਕਾਲ ਅਤੇ ਨਾਲੇ ਜਿਹੜੀ ਤੁਹਾਡੀ ਹੁਣ ਡਿਊਟੀ ਬਣਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਦਿਉ ਇੱਦਾਂ ਉਂਗਲ ਮਾਰ ਕੇ, ਨਾਲੇ ਬੈੱਲ ਆਈਕੋਨ ਬਣਿਆ ਹੋਇਆ ਘੰਟੀ ਜਿਹੀ ਉਹਦੇ 'ਤੇ ਵੀ ਮਾਰ ਦਿਉ, ਕਿਉਂਕਿ ਜਦੋਂ ਕੋਈ ਨਵੀਂ ਚੀਜ਼ ਅਸੀਂ ਹੋਰ ਪਾਈ ਤਾਂ ਤੁਹਾਨੂੰ ਨਾਲ ਦੀ ਨਾਲ ਨੋਟੀਫਿਕੇਸ਼ਨ ਆ ਜੂਗੀ। ਸੋ ਕਰ ਲਓ ਜਬ ਵੀ ਕਾਬਲੀਅਤ ਵਿਕਾਸ ਔਰ ਕ੍ਰੈਡੀਬਿਲਿਟੀ ਕਾ ਇਤਿਹਾਸ ਲਿਖਾ ਜਾਏਗਾ। ਸੁਨੀਲ ਜਾਖੜ ਸਾਹਿਬ ਕਾ ਨਾਮ ਪਹਿਲੇ ਸਫ਼ੇ ਪੇ ਸੁਨਹਿਰੇ ਅਕਸ਼ਰੋਂ ਮੇਂ ਆਏਗਾ। ਨਾ ਤੁਝਸੇ ਪਹਿਲੇ ਕੋਈ ਐਸਾ ਥਾ ਨਾ ਤੇਰੇ ਬਾਅਦ ਕੋਈ ਐਸਾ ਹੋਗਾ। ਉੱਤੇ ਇੱਕ ਐਸਾ ਕਾਬਲ ਹੋਣਹਾਰ ਕ੍ਰੈਡੀਬਲ ਚਿੱਟੀ ਚਾਦਰ ਚਿੱਟਾ ਕੁੜਤਾ ਪਜਾਮਾ, ਮੈਂ ਕਹਿੰਦਾ ਕੋਲੇ ਦੀ ਕੋਠੜੀ 'ਚ ਵੀ ਵੜ ਜੂ ਉੱਥੋਂ ਵੀ ਚਿੱਟਾ ਨਿਕਲੂ ਬਾਹਰ। ਯਾਦ ਰੱਖਿਓ ਹੰਸ ਜਾਖੜ ਸਾਹਿਬ ਵਰਗਾ ਬੰਦਾ ਤੇ ਉੱਪਰ ਰਾਹੁਲ ਗਾਂਧੀ, ਇਹ ਕਲੀ ਜੁੜ ਗਈ ਤੇ ਮੇਰੀ ਗੱਲ ਯਾਦ ਰੱਖਿਓ। ਚੰਪਾ ਕੇ ਦਸ ਫੂਲ ਚਮੇਲੀ ਕੀ ਇਹ ਕਲੀ, ਮੂਰਖ ਕੀ ਸਾਰੀ ਰਾਤ ਚਤੁਰ ਕੀ ਇਹ ਖੜੀ। ਤੇ ਫਿਰ ਇਹ ਯਾਦ ਰੱਖਣਾ ਕਿ ਅਗਲੇ 3 ਸਾਲਾਂ ਦੇ ਵਿੱਚ ਤਰੱਕੀ 30 ਸਾਲ ਤੋਂ ਉੱਤੇ ਲੈਣਾ। ਤੇ ਮੈਂ ਨਵਜੋਤ ਸਿੰਘ ਸਿੱਧੂ ਤੁਹਾਨੂੰ ਵਚਨ ਦੇ ਕੇ ਚੱਲਿਆ ਕਿ ਗੁਰਦਾਸਪੁਰ ਦੀ ਕਾਇਆ ਕਲਪਨਾ ਹੋਈ ਤੇ ਸਿੱਧੂ ਵੋਟਾਂ ਮੰਗਣ ਨਾ ਆਇਆ ਤੁਹਾਡੇ ਕੋਲ। ਤੇ ਜੇ ਜਿੱਤਿਆ ਮੇਰਾ ਭਰਾ ਤੇ ਨੰਗੇ ਪੈਰੀ ਦੁਕਾਨ ਦੁਕਾਨ ਜਾਊ। ਤੇ ਜੇ ਹਾਰਿਆ ਤੇ ਸਮਝ ਲੈ ਸਿੱਧੂ ਤੇ ਪਾੜੇ ਦੀ ਪੱਗ ਲੱਥ ਗਈ, ਹੋਰ ਕੀ ਹੈ। ਆਵਾਜ਼ੇ ਖਲਕ ਨਗਾੜਾ ਏ ਖੁਦਾ, ਜਨਤਾ ਦੀ ਆਵਾਜ਼ ਚ ਪਰਮਾਤਮਾ ਦੀ ਆਵਾਜ਼ ਹੈ, ਮਾਲਕ ਤੁਸੀਂ ਹੋ। ਜੇ ਕਿਸਾਨ ਦੀ ਪੱਗ ਰੱਖਣੀ ਹੈ ਔਰ ਉਸਦਾ ਸਨਮਾਨ ਰੱਖਣਾ, ਔਰ ਜੇ ਪੰਜਾਬ ਨੂੰ ਆਉਣ ਵਾਲੀ ਪੀੜ੍ਹੀ ਨੂੰ ਬਚਾਉਣਾ, ਤੇ ਫਿਰ ਮੇਰੇ ਹੱਥ ਜੜਾ ਲਓ ਔਰ ਇਹ ਬੇਨਤੀ ਕਰਾ ਲਓ ਕਿ ਭਾਈ ਇਹ ਕੜੀ ਜੋੜ ਦਿਓ। ਮੈਂ ਕਹਿੰਦਾ ਜਿਹੜਾ 75-25 ਵੀ ਹੋਵੇ ਨਾ ਬਾਦਲਾਂ ਦੇ ਨਾਲ, ਜਿਹੜਾ ਬਾਦਲਾਂ ਦੇ ਨਾਲ ਠੋਕ ਦਿਓ, ਮੈਨੂੰ ਠੋਕ ਦਿਓ, ਟਕਾ ਕੇ ਠੋਕ ਦਿਓ, ਵੋਟਾਂ ਹੀ ਨਾ ਪਾਈਓ। ਲੇਕਿਨ ਜਿਹੜਾ ਇਮਾਨਦਾਰ ਹੈ, ਜਿਹੜਾ 54 ਰਵਾਦਾਰ ਨਹੀਂ ਔਰ ਜਿਹਦਾ ਕੰਮ ਬੋਲਦਾ, ਮੈਂ ਕਹਿੰਦਾ ਜਦੋਂ ਖੇਡਦਾ ਹੁੰਦਾ ਨਾ ਤੇ ਉਹ ਕਹਿੰਦੇ ਸਿੱਧੂ ਦਾ ਬੈਟ ਬੋਲਦਾ, ਜਾਖੜ ਦਾ ਕੰਮ ਬੋਲਦਾ। ਜੇਕਰ ਸੱਚ ਬੋਲਣਾ ਸੱਚ ਲਿਖਣਾ ਬਗਾਵਤ ਹੈ ਤਾਂ ਸਮਝੋ ਅਸੀਂ ਬਾਗੀ ਹਾਂ। ਸੱਚ ਅਤੇ ਹੱਕ ਦੀ ਆਵਾਜ਼, ਦੁਨੀਆ ਦੇ ਹਰ ਕੋਨੇ ਕੋਨੇ ਦੀ ਗੱਲ, ਪੰਜਾਬ ਟੀਵੀ ਕਰੇਗਾ ਸੱਚ ਦਾ ਖੁਲਾਸਾ। ਤੁਸੀਂ ਦੇਖਦੇ ਰਹੋ ਪੰਜਾਬ ਟੀਵੀ, ਸੱਚ ਅਤੇ ਹੱਕ ਦੀ ਆਵਾਜ਼।